ਦੋ ਦਿਨ ਹੋ ਗਏ ਮੈਂ ਕਮੈਂਟ ਜਿਹਾ ਪੜਿਆ, ਕਹਿੰਦੇ ਸਿੱਧੂ ਦਾ ਡੈਡੀ ਤਾਂ ਕੇ ਫੇਮ ਭਾਲਦਾ ਕਿ ਕਾਂਗਰਸ ਦਾ ਬੰਦਾ ਹੋਣ ਕਰਕੇ ਫੇਮ ਭਾਲਦਾ। ਦੇਖੋ ਕਿਸੇ ਦਾ ਨੌਜਵਾਨ ਪੁੱਤ ਮਰਿਆ ਹੋਵੇ ਤੇ ਇੱਥੇ ਵੀ ਪਾਰਟੀ ਬਾਜੀ ਕਰੂਗਾ ਉਹ ਬੰਦਾ। ਜਿਹੜਾ ਬੰਦਾ ਸਾਡੇ ਬੱਚੇ ਦੀ ਮੌਤ ਤੇ ਹੀ ਮਖੌਲ ਉਡਾਉਂਦਾ ਸੀਗਾ ਵੀ ਪ੍ਰਿਆ ਵਰਤਾ ਟੋਪੀ ਵਾਲਾ ਕਿੱਲਾ, ਉਹਨੂੰ ਵਕੀਲਾਂ ਦੇ ਪੈਨਲ ਦੇ ਵਿੱਚ ਸ਼ਾਮਲ ਕਰਤਾ, ਕੀ ਅਸੀਂ ਸੋਚਾਂਗੇ ਵੀ ਸਾਨੂੰ ਇਨਸਾਫ ਮਿਲੂਗਾ ਉੱਥੋਂ? ਪਰ ਬੜੀ ਮਾਣ ਵਾਲੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਇਕੱਠ ਹੈ ਤਿਉਂ ਜਿਉਂ ਦੀ ਤਿਉਂ ਬਰਕਰਾਰ ਹੈ। ਤੁਸੀਂ ਸਿੱਧੂ ਦਾ ਪਰਿਵਾਰ ਹੋ, ਸਾਡਾ ਪਰਿਵਾਰ ਹੋ। ਬਾਕੀ ਗੱਲ ਰਹੀ ਰਾਜੇ ਜਿਹੜੇ ਆ ਸਿੰਗਰਾਂ ਬਾਰੇ, ਆਪਾਂ ਇਹਨਾਂ ਨੂੰ ਕੁਛ ਨਹੀਂ ਬੋਲਣਾ ਸਿੰਗਰਾਂ ਨੂੰ ਕਿਸੇ ਨੂੰ, ਹੈ ਨਾ? ਕੋਈ ਕੁਛ ਕਰਦਾ, ਅਖਾੜੇ ਲਾਵੇ, ਸ਼ੋਅ ਲਾਵੇ, ਕੋਈ ਗੀਤ ਬਣਾਵੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੁਣ ਕਹਿੰਦੇ ਹੈਗੇ ਵੀ ਸਿੱਧੂ ਨੂੰ ਟ੍ਰਿਬਿਊਟ ਨਹੀਂ ਆਹ ਨਹੀਂ ਦਿੱਤਾ ਹੈਗੀ ਵੀ ਇਹਨਾਂ ਨੇ ਦੋ ਸ਼ਬਦ ਲਿਖ ਕੇ ਨਹੀਂ ਪਾਏ। ਆਪਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਆਪਣਾ ਪਰਿਵਾਰ ਬਹੁਤ ਵੱਡਾ ਹੈ। ਸਿੱਧੂ ਪਹਿਲਾਂ ਵੀ ਇਕੱਲਾ ਸੀ, ਉਹਦੇ ਨਾਲ ਸਾਰਾ ਉਹਦਾ ਪਰਿਵਾਰ ਸੀ, ਸਿੱਧੂ ਹੁਣ ਵੀ ਇਕੱਲਾ ਹੀ ਹੈ, ਆਪਾਂ ਵੀ ਇਕੱਲੇ ਹੀ ਹਾਂ। ਆਪਾਂ ਨੂੰ ਉਹਨਾਂ ਦੀ ਸਹਿਮਤੀ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਮੈਂ ਉਦੋਂ ਵੀ ਕਿਹਾ ਸੀ ਵੀ ਨਾ ਤਾਂ ਅਸੀਂ ਕੋਈ ਐਂ ਕਹਿੰਦੇ ਵੀ ਉਹ ਸਾਡਾ ਰਾਗ ਲਾਪੀ ਜਾਣ ਵੀ ਸਿੱਧੂ ਨੂੰ ਆਹ ਹੋ ਗਿਆ ਜੀ, ਸਿੱਧੂ ਨੂੰ ਐਂ ਹੋ ਗਿਆ ਜੀ, ਆਪਾਂ ਇਹ ਵੀ ਨਹੀਂ ਕਹਿੰਦੇ। ਪਰ ਮੈਂ ਉਦੋਂ ਇਹੀ ਆਖਿਆ ਸੀ ਵੀ ਸਟੇਜਾਂ ਤੇ ਜਾ ਕੇ ਉਹਦਾ ਨਾਂ ਲੈ ਕੇ ਥਾਪੀਆਂ ਨਾ ਮਾਰਨ। ਬਸ ਥਾਪੀ ਤਾਂ ਇਕੱਲੇ ਸਿੱਧੂ ਦੀ ਸੀ, ਜਾਂ ਸਾਡੀ ਕਬੱਡੀ ਜਗਤ ਦੀ ਸੀ, ਜਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਮਾਣ ਨਾਲ ਥਾਪੀਆਂ ਮਾਰਦੇ ਨੇ ਉਹਨਾਂ ਦੀ ਸੀ, ਤੇ ਇਹਦੇ ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦਾ ਹੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ? ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ, ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਗਰਾਊਂਡ 'ਚ ਥਾਪੀ ਵੱਜਦੇ ਆ ਉਦੋਂ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ, ਪਰ ਜਦੋਂ ਸਿੰਗਰ ਮਾਰਦੇ ਆ ਨਾ ਉਦੋਂ ਸਾਡਾ ਮਨ ਦੁਖੀ ਹੁੰਦਾ, ਕਿਉਂਕਿ ਜਿਉਂਦੇ ਨਾਲ ਉਹਦੇ ਨਾਲ ਕੋਈ ਵੀ ਨਹੀਂ ਖੜਿਆ। ਜਿਉਂਦੇ ਨੇ ਉਹਨਾਂ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ। ਇਹ ਜਿਹੜੇ ਹੁਣ ਫੇਸਬੁੱਕ ਤੇ ਕੁਛ ਕੁ ਵਿੱਚ ਹੈਗੇ ਆ ਛੱਡੇ ਹੋਏ, ਉਹਨਾਂ ਨੂੰ ਨਹੀਂ ਪਤਾ ਵੀ ਸਿੱਧੂ ਨਾਲ ਕੀ ਹੋਇਆ। ਉਹਨੇ 4 ਸਾਲ ਜਿਹੜੇ ਜੀਵਨ ਦੇ ਗੁਜ਼ਾਰੇ ਆਪਦੇ, ਉਹ ਜਾਂ ਤਾਂ ਸਾਨੂੰ ਮਾਂ ਪਿਓ ਨੂੰ ਪਤਾ ਵੀ ਉਹ ਕਿੰਨੇ ਪ੍ਰੈਸ਼ਰ ਦੇ ਵਿੱਚ ਰਹਿੰਦਾ ਸੀ, ਜਾਂ ਸਾਨੂੰ ਪਤਾ ਹੈ, ਸਾਨੂੰ ਪਤਾ ਹੀ, ਸਾਰਿਆਂ ਨੂੰ ਪਤਾ ਸੀ ਵੀ ਇੱਕ ਗਾਣਾ ਕੱਢਦਾ ਸੀ ਉਹਦੇ 'ਚੋਂ ਹਜ਼ਾਰ ਹਜ਼ਾਰ ਟਿੱਪਣੀਆਂ ਕਰਕੇ, ਤੇ ਉਹਨੂੰ ਵਿਚਾਰੇ ਨੂੰ ਇੰਨਾ ਖੱਜਲ ਕਰਦੇ ਸੀਗੇ ਇਹ ਲੋਕ, ਤੇ ਅੱਜ ਉਹ ਸਹਿਮਤੀਆਂ ਜਿਤਾਉਂਦੇ ਫਿਰਦੇ ਨੇ। ਆਪਾਂ ਨੂੰ ਉਹਨਾਂ ਦੀ ਸਹਿਮਤੀ ਦੀ ਕੋਈ ਲੋੜ ਨਹੀਂ, ਤੁਸੀਂ ਸਾਡਾ ਪਰਿਵਾਰ ਹੈਗੇ ਹੋ, ਸਾਨੂੰ ਤੁਹਾਡੇ ਨਾਲ ਸਭ ਕੁਛ ਮਾਣ ਮਿਲਦਾ, ਸਾਨੂੰ ਹੌਸਲਾ ਮਿਲਦਾ, ਤੁਹਾਡੇ ਸਹਾਰੇ ਅਸੀਂ ਜਾਣੀ ਕਿ ਰੋਜ਼ ਦਿਨ ਭਰ ਦਿਨ ਸਾਡਾ ਫਰਕ ਪੈਂਦਾ ਵੀ ਨਹੀਂ ਸਾਡਾ ਸਿੱਧੂ ਗਿਆ ਨਹੀਂ, ਸਾਡਾ ਸਿੱਧੂ ਤਾਂ ਇੰਨਾ 'ਚ ਹੀ ਦਿਸਦਾ ਸਾਨੂੰ। ਮੈਨੂੰ ਜਦੋਂ ਘਰ ਵੱਲ ਦੇਖਦੇ ਹਾਂ ਜਾਂ ਉਹਦੇ ਢਿੱਡ ਵੱਲ ਦੇਖਦੇ ਹਾਂ ਉਦੋਂ ਤਾਂ ਸਾਨੂੰ ਲੱਗਦਾ ਹੈਗਾ ਵੀ ਸਾਡੇ ਕੋਲ ਤਾਂ ਕੁਛ ਨਹੀਂ ਰਿਹਾ, ਪਰ ਜਦੋਂ ਫਿਰ ਅਸੀਂ ਤੁਹਾਡੇ ਵੱਲ ਦੇਖਦੇ ਹਾਂ ਤੇ ਉਦੋਂ ਸਾਡਾ ਫਿਰ ਥੋੜ੍ਹਾ ਜਿਹਾ ਹੌਸਲਾ ਵੱਧਦਾ ਹੈ ਵੀ ਨਹੀਂ ਸਿੱਧੂ ਆਪਾਂ ਨੂੰ ਬਹੁਤ ਕੁਛ ਛੱਡ ਕੇ ਗਏ। ਕਹਿਣਾ ਤਾਂ ਨਹੀਂ ਚਾਹੁੰਦੀ ਸੀ, ਪਰ ਜਿਸ ਦਿਨ ਇਹ ਆਮ ਆਦਮੀ ਪਾਰਟੀ ਵਾਲੇ ਵਿਚਾਰੇ ਤੀਆਂ ਬਣਾ ਰਹੇ ਸੀ ਬੰਦੇ ਹੋ ਕੇ, ਇਹ ਤੀਆਂ ਬਣਾਉਣਾ, ਤੀਜ ਬਣਾਉਣੀ ਜਨਾਨੀਆਂ ਦਾ ਕੰਮ ਹੁੰਦਾ ਨਾ ਕਿ ਬੰਦਿਆਂ ਦਾ, ਉੱਥੇ ਸਾਨੂੰ ਬਹੁਤ ਦੁੱਖ ਹੁੰਦਾ ਸੀ ਵੀ ਇਹਨਾਂ ਨੂੰ ਕਿਸੇ ਦੇ ਪੁੱਤ ਦਾ ਕੋਈ ਉਹ ਨਹੀਂ, ਇਹਨਾਂ ਇਹ ਆਪਦੀ ਮਸਤੀ 'ਚ ਲੱਗੇ ਹੋਏ ਨੇ। ਵੀ ਕਮ ਸੇ ਕਮ ਤੁਸੀਂ ਪੰਜਾਬ ਦੇ ਹਾਲਾਤ ਦੇਖੋ, ਜਿੱਦਾਂ ਦੇ 4-5 ਮਹੀਨੇ ਹੋ ਗਏ ਕਿੰਨੇ ਨੌਜਵਾਨਾਂ ਦਾ ਕਤਲ ਹੋ ਗਿਆ, ਆਪਾਂ ਹੋਰ ਕਿੰਨੇ ਕੁ ਕਤਲ ਕਰਵਾਈ ਜਾਵਾਂਗੇ? ਇਹ ਆਪਾਂ ਨੂੰ ਇਨਸਾਫ ਆਪ ਨੂੰ ਲੈਣਾ ਪੈਣਾ। ਮੇਰੀ ਹੱਥ ਜੋੜ ਕੇ ਬਸ ਇਹੀ ਬੇਨਤੀ ਹੈ, ਜਿੱਥੇ ਅਸੀਂ ਸੱਦਾ ਦੇਵਾਂਗੇ ਸਾਡਾ ਸਾਥ ਆਈ ਦੇਈ ਜਾਇਓ, ਤੇ ਤੁਹਾਡੇ ਸਹਾਰੇ ਨਾਲ ਹੀ ਅਸੀਂ ਚੱਲ ਸਕਦੇ ਹਾਂ, ਸਾਡਾ ਕੱਲਿਆਂ ਦਾ ਸਾਥੋਂ ਨਹੀਂ ਚੱਲਣਾ। ਸੀਗੇ ਟਰੱਸਟ ਬਾਰੇ ਗੱਲ ਕੀਤੀ ਸੀ, ਉਹ ਆਪਣੇ ਪਿੰਡਾਂ ਵਿੱਚ ਕਲੱਬ ਤਾਂ ਜ਼ਰੂਰ ਬਣਾ ਸਕਦੇ ਨੇ, ਪਰ ਪਲੀਜ਼ ਟਰੱਸਟ ਨਾ ਕੋਈ ਬਣਾਓ, ਤੇ ਇਹ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ। ਕਲੱਬ ਬਣਾ ਲਓ ਸ਼ੁਭ ਦੇ ਨਾਮ ਤੇ ਜਿਹਨੇ ਬੁਲਾਉਣੇ ਆ, ਜੇ ਆਪਾਂ ਨੂੰ ਇੰਨਾ ਕਹਿੰਦੇ ਨਾ ਵੀ ਆਪਾਂ ਨੂੰ ਸਤਿਕਾਰ ਕਰਦੇ ਆ ਸ਼ੁਭਦੀਪ ਦਾ, ਤੇ ਉਹ ਕਲੱਬ ਬਣਾ ਲਓ, ਜਿੱਥੋਂ ਤੱਕ ਸਾਡੀ ਜਿੰਨੀ ਕੁ ਸਾਡੇ ਤੋਂ ਹੋ ਸਕੀ ਅਸੀਂ ਮਦਦ ਵੀ ਕਰਦਿਆ ਕਰਾਂਗੇ, ਪਰ ਟਰੱਸਟ ਤੋਂ ਥੋੜ੍ਹਾ ਜਿਹਾ ਉਹ ਨਾ ਕੰਮ ਕਰਿਓ ਤੁਸੀਂ।